अज मैं डीसी साहब नूं मंग पत्र देण लग्गिया वां भी जनरल कैटागरी नाल हमेशा धक्का हुंदा वा, दो नमूने खून के लैके आया वा, तो डीसी साहब नूं पुछणा चाहुंदा वां भी मैनूं दस दिओ, भगवंत मान जी नूं पुछणा चाहुंदा वां भी कहड़ा कैटागरी का खून आ, जनरल कैटागरी का कहड़ा वा, एससी का कहड़ा वा, बीसी का कहड़ा वा, आ सानूं जातां पातां दे विच वंडदे आ। ओह गल उन्हां दी सही आ भी नौजवान आईलैट्स नूं डिग्री मन्नण लग गए, इहदा आही कारण आ भी सानूं काबिलियत दे अनुसार सिक्ख्या नहीं मिलदी, किरां सानू गरीबी अमीरी दे देख के सानू सहूलत नहीं मिलती, अगर जो टैक्स भरना हुंदा वा वड्डे भर भर के संजा साडे चो कढ़ी जांदियां ने, पर जदों सहूलत की बारी आउंदी आ तां सानू जात पात विच वंडिया जांदा वा, मतलब फर्क तो रखा जाता, मतलब हाँ फर्क रखा जाता वा, अज तो आही गल कहने जो तुसीं फर्क रखना वा सारे कैटागरी के सूबे वक्खरे वक्खरे बना दो, तुसीं तां किसे दा कढ़ता कितें आ के नहीं, हुण असीं भी सरकारां दा कढ़ांगे, किरां जे सरकारां साडा लोकां दा खून कढ़नगियां आ सरंज लै के आ मैं भगवंत मान नाल कढ़ूंगा, किरां सत श्रीकाल जी, तुम देख रहे हो पंजाबी लोक चैनल, तो मैं लखविंदर सिंह, अज टीटू बाणिया फिर डीसी दफ्तर के बाहर पहुंचे ने, तस्वीर तुम देख सकते हो किस तरह टीटू बाणिया प्रदर्शन कर रहे हैं, हाथ च खून दी शीशियां फड़िया हुई ने, शीशियां विच खून है ते सिरिंज भी फड़ी हुई है, देखने डंगर की सिरिंज लगती है, टीटू बाणिया पहले यही गल तो पूछ लें बाणिया जी, डंगर की सिरिंज लैके आओ नाल, सब तो पहला टीटू बाणिया वालों वाहेगुरू जी का खालसा वाहेगुरू जी की फतेह, अज मैं डीसी साहब मंग पत्र देण लग्गिया वा भी जनरल कैटागरी नाल हमेशा धक्का हुंदा वा, ਜਦੋਂ ਉਹਨਾਂ ਦਾ ਖੂਨ ਕੱਢਿਆ ਜਾਂਦਾ ਵਾ ਆ ਮੱਝਾਂ ਦੀ ਸਿਰਿੰਜ ਨਾਲ ਕੱਢਿਆ ਜਾਂਦਾ ਵਾ, ਅਗਰ ਜਦੋਂ ਟੈਕਸ ਭਰਨਾ ਹੁੰਦਾ ਵਾ ਵੱਡੇ ਭਰ ਭਰ ਕੇ ਸਿਰਿੰਜਾਂ ਸਾਡੇ ਚੋਂ ਕੱਢੀ ਜਾਂਦੀਆਂ ਨੇ, ਪਰ ਜਦੋਂ ਸਹੂਲਤਾਂ ਦੀ ਵਾਰੀ ਆਉਂਦੀ ਆ ਤਾਂ ਸਾਨੂੰ ਜਾਤ ਪਾਤ ਵਿੱਚ ਵੰਡਿਆ ਜਾਂਦਾ ਵਾ, ਅਗਰ ਅੱਜ ਮੈਂ ਦੋ ਨਮੂਨੇ ਆ ਖੂਨ ਦੇ ਲੈ ਕੇ ਆਇਆ ਵਾਂ, ਦੋ ਨਮੂਨੇ ਖੂਨ ਦੇ ਲੈ ਕੇ ਆਇਆ ਵਾਂ, ਅਤੇ ਡੀ ਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਮੈਨੂੰ ਦੱਸ ਦਿਓ, ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਕਿਹੜਾ ਕੈਟਾਗਰੀ ਦਾ ਖੂਨ ਆ, ਜਨਰਲ ਕੈਟਾਗਰੀ ਦਾ ਕਿਹੜਾ ਵਾ, ਐੱਸ ਸੀ ਦਾ ਕਿਹੜਾ ਵਾ, ਬੀ ਸੀ ਦਾ ਕਿਹੜਾ ਵਾ, ਆਹ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਦੇ ਆ, ਜਨਰਲ ਕੈਟਾਗਰੀ ਪਹਿਲਾਂ ਹੀ ਬਹੁਤ ਦੁਖੀ ਆ, ਅਗਰ ਕਿਉਂਕਿ 98% ਵਾਲੇ ਬੱਚੇ ਨੂੰ ਦਾਖਲਾ ਨਹੀਂ ਮਿਲਦਾ, 98% ਨੰਬਰ ਲੈ ਕੇ ਬੰਦਾ ਪਾਸ ਹੁੰਦਾ ਵਾ ਤਾਂ ਉਹਨੂੰ ਨੌਕਰੀਆਂ ਨਹੀਂ ਮਿਲਦੀਆਂ, ਅਤੇ ਸਾਡੇ ਭਗਵੰਤ ਮਾਨ ਜੀ ਕਹਿੰਦੇ ਆ, ਕਹਿੰਦੇ ਨਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਆਈਲੈਟਸ ਨੂੰ ਡਿਗਰੀ ਮੰਨਣ ਲੱਗ ਗਏ ਆ, ਉਹ ਗੱਲ ਉਹਨਾਂ ਦੀ ਸਹੀ ਆ ਵੀ ਨੌਜਵਾਨ ਆਈਲੈਟਸ ਨੂੰ ਡਿਗਰੀ ਮੰਨਣ ਲੱਗ ਗਏ ਆ, ਇਹਦਾ ਆਹੀ ਕਾਰਨ ਆ ਵੀ ਸਾਨੂੰ ਕਾਬਲੀਅਤ ਦੇ ਅਨੁਸਾਰ ਸਿੱਖਿਆ ਨਹੀਂ ਮਿਲਦੀ, ਕਿਰਾਂ ਸਾਨੂੰ ਗਰੀਬੀ ਅਮੀਰੀ ਦੇ ਦੇਖ ਕੇ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ, ਕਿਰਾਂ ਵੈਸੇ ਆ ਭਗਵੰਤ ਮਾਨ ਦੀ ਸੋਚ ਲੈ ਕੇ ਆਏ ਆ, ਭਗਵੰਤ ਮਾਨ ਦਾ ਨਾਂ ਵਰਤ ਕੇ ਸਰਕਾਰ ਹੋਂਦ ਵਿੱਚ ਆਈ ਆ, ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਭਗਵੰਤ ਮਾਨ ਜੀ ਭਗਤ ਸਿੰਘ ਨੇ ਕਦੋਂ ਆਖਿਆ ਸੀਗਾ ਵੀ ਸਾਨੂੰ ਜਾਤਾਂ ਪਾਤਾਂ ਵਿੱਚ ਵੰਡੋ, ਕਰਾਂ ਅੱਜ ਵੀ ਉਹੀ ਚੱਲ ਰਿਹਾ ਵਾ, ਐੱਸ ਸੀ ਨੂੰ ਇੰਨੀਆਂ ਜੂੰਡਾਂ ਮਾਫ਼, ਬੀ ਸੀ ਨੂੰ ਇੰਨੀਆਂ ਮਾਫ਼, ਜਨਰਲ ਨੂੰ ਆਹ ਕਰਾਂਗੇ ਜੀ, ਮੈਂ ਪੁੱਛਣਾ ਚਾਹੁੰਦਾ ਵਾਂ ਵੀ ਜਾਂ ਤਾਂ ਦੱਸ ਦਿਓ, ਕਰਾਂ ਮੈਂ ਲੈਬੋਰਟਰੀ 'ਚ ਵੀ ਲੈ ਕੇ ਗਿਆ ਖੂਨ, ਆਹ ਮੈਂ ਕਿਹਾ ਦੱਸੋ ਜੀ ਕਿਹੜਾ ਜਨਰਲ ਆ ਕਿਹੜਾ ਐੱਸ ਸੀ ਬੀ ਸੀ ਆ, ਉਹ ਵੀ ਹੱਥ ਖੜ੍ਹੇ ਕਰ ਗਏ, ਜਦੋਂ ਲੋਕਾਂ ਨੂੰ ਨਹੀਂ ਪਤਾ ਲੱਗਦਾ, ਜਦੋਂ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਨਾਲ ਐੱਸ ਸੀ ਖੜ੍ਹੇ ਆ ਜਾਂ ਬੀ ਸੀ ਖੜ੍ਹੇ ਆ ਜਾਂ ਸਾਡੇ ਨਾਲ ਜਨਰਲ ਖੜ੍ਹੇ ਆ, ਤਾਂ ਆਹ ਸਰਕਾਰਾਂ ਸਾਡੇ 'ਚ ਮਤਭੇਦ ਕਿਉਂ ਰੱਖਦੀਆਂ ਨੇ, ਕਿਰਾਂ ਅੱਜ ਅਸੀਂ ਧਰਨਾ ਲਾਉਣ ਆਏ ਹਾਂ ਅਤੇ ਇੱਥੇ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਵੀ ਇੱਕ ਜਨਰਲ ਕੈਟਾਗਰੀ ਨੂੰ ਮੈਂ ਬੇਨਤੀ ਵੀ ਕਰਦਾ ਵਾਂ ਵੀ ਇਹਨਾਂ ਨੂੰ ਵੋਟ ਪਾਉਣ ਦੀ ਲੋੜ ਨਹੀਂ ਆ, ਕਿਰਾਂ ਜੇ ਆਹੀ ਸਾਡੇ ਨਾਲ ਕਰਨਗੇ ਵਿੱਚ, ਕਿਰਾਂ ਕਿਉਂਕਿ ਵੋਟਾਂ ਤਾਂ ਜਨਰਲ ਕੈਟਾਗਰੀ ਨੇ ਵੀ ਪਾਈਆਂ ਨੇ, ਅੱਜ ਅਸੀਂ ਦੁਖੀ ਹੋ ਕੇ ਇੱਥੇ ਮੰਗ ਪੱਤਰ ਲੈ ਕੇ ਆਏ ਹਾਂ। ਬਿਲਕੁਲ, ਤੁਸੀਂ ਬਿਜਲੀ ਦੀ ਗੱਲਬਾਤ ਤੁਸੀਂ ਕਰ ਰਹੇ ਹੋ, ਬਿਜਲੀ ਨੂੰ ਲੈ ਕੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ, ਹੱਥ 'ਚ ਖੂਨ ਦੀਆਂ ਸ਼ੀਸ਼ੀ ਫੜੀਆਂ ਨਾਲ ਸਿਰਿੰਜ ਵੀ ਫੜੀ ਹੋਈ ਆ, ਨਵਾਂ ਫਰਮਾਨ ਤੁਸੀਂ ਸੁਣ ਹੀ ਲਿਆ ਹੋਣਾ ਨਵੀਂ ਬਣੀ ਸਰਕਾਰ ਦਾ, ਹੁਣ ਉਹ ਕਹਿੰਦੇ 1 ਕਿਲੋਵਾਟ 'ਤੇ ਗੱਲ ਕਰਤੀ, ਕਹਿੰਦੇ 1 ਕਿਲੋਵਾਟ ਦਾ ਹੁਣ ਉਹਨਾਂ ਨੇ ਜਿਹੜਾ ਐੱਸ ਸੀ ਬੀ ਸੀ ਦੇ ਉੱਪਰ ਲਾਗੂ ਕੀਤਾ ਉਹਨੂੰ ਕਿਸ ਤਰ੍ਹਾਂ ਦੇਖਦੇ ਫਿਰ? ਉਹ ਦੇਖ ਵੀਰ 1 ਕਿਲੋਵਾਟ ਦੀ ਗੱਲ ਕਰਦੇ ਆ, ਜਿਹੜਾ 1 ਕਿਲੋਵਾਟ ਹੁੰਦਾ ਵਾ 1 ਕਮਰੇ ਦਾ ਲੋਡ ਉਹ ਤੋਂ ਵੱਧ ਹੁੰਦਾ ਵਾ, ਕਿਉਂਕਿ ਮੱਛੀ ਮੋਟਰ ਵੀ ਲਾਉਣੀ ਪੈਂਦੀ ਆ ਉੱਤੇ ਪਾਣੀ ਚੜਾਉਣ ਵਾਸਤੇ, ਕਿਉਂਕਿ ਪਾਣੀ ਉੱਤੇ ਚੜ੍ਹਦਾ ਨਹੀਂ, ਟੈਂਕੀ 'ਚ ਚੜ੍ਹਦਾ ਨਹੀਂ, ਕਿਰਾਂ ਆਹ ਤਾਂ ਇੱਕ ਕਿਸਮ ਦਾ ਡਰਾਮਾ ਕਰ ਰਿਹਾ, ਅਸਲ ਵਿੱਚ ਇਹਨਾਂ ਨੇ ਵਾਅਦੇ ਵੱਡੇ ਵੱਡੇ ਕਰ ਲਏ ਪਰ ਪੂਰੇ ਹੋ ਨਹੀਂ ਰਹੇ, ਕਿਰਾਂ ਅੱਜ ਤਾਂ ਕਹਿੰਦੇ ਆ ਵੀ ਹਜੇ ਵਾਅਦੇ ਪੂਰੇ ਨਹੀਂ ਹੋ ਰਹੇ, ਤੁਸੀਂ ਬਾਅਦ 'ਚ ਕਰ ਦਿਓ, ਕਿਰਾਂ 6 ਮਹੀਨੇ ਵੇਟ ਕਰ ਲੈਣੇ ਆ, ਸਾਲ ਵੇਟ ਕਰ ਲੈਣੇ ਆ, ਹੁਣ ਅਸਲ ਵਿੱਚ ਮੁੱਦਾ ਕੀ ਹੈ, ਇਹਨਾਂ ਨੇ ਦੂਜੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣੀ ਆ ਅਤੇ ਉੱਥੇ ਬੋਰਡ ਲਾ ਰਹੇ ਆ, ਅਸੀਂ ਪੰਜਾਬੀਆਂ ਨੂੰ ਬਿਜਲੀ ਮਾਫ਼ ਕਰਤੀ ਜੀ, ਅਸੀਂ ਪੰਜਾਬੀਆਂ ਨੂੰ ਨੌਕਰੀਆਂ ਦੇ ਦਿੱਤੀ ਜੀ 25,000 ਅਤੇ ਅਸੀਂ ਨੌਕਰੀਆਂ ਨੂੰ ਹਜੇ ਤਾਂ ਐਲਾਨ ਹੀ ਹੋਏ ਨੇ, ਕੱਖ ਨਹੀਂ ਹੋਇਆ ਵੀਰੇ, ਆਹ ਦੂਜੇ ਸੂਬਿਆਂ ਵਿੱਚ ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਤਾਂ ਅੱਜ ਭਗਵੰਤ ਮਾਨ ਨੂੰ ਬੇਨਤੀ ਕਰ ਰਹੇ ਹਾਂ ਵੀ ਇੱਦਾਂ ਬਦਲਾਅ ਨੂੰ ਵੋਟਾਂ ਪਾਈਆਂ ਲੋਕਾਂ ਨੇ, ਕਿਰਾਂ ਵੀ ਬਦਲਾਅ ਆਊਗਾ, ਅਤੇ ਜੇ ਤੁਸੀਂ ਵੀ ਫਿਰ ਉਹੀ ਰਵਾਇਤੀ ਪਾਰਟੀਆਂ ਵਾਂਗੂ ਕੰਮ ਚਲਾਓਗੇ ਤਾਂ ਫਿਰ ਬਦਲਾਅ ਕਿੱਥੇ ਆ, ਕਿਰਾਂ ਅਤੇ ਅੱਜ ਅਸੀਂ ਆਹ ਬੇਨਤੀ ਲੈ ਕੇ ਆਏ ਹਾਂ ਅਤੇ ਤਾਂ ਅਸੀਂ ਇੱਥੇ ਮੰਗ ਪੱਤਰ ਡੀ ਸਾਹਿਬ ਨੂੰ ਕਹਿਣ ਦਾ ਮਤਲਬ ਪਹਿਲਾਂ ਪੰਜਾਬ ਨਵੀਂ ਬਣੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਪਹਿਲਾਂ ਪੰਜਾਬ ਵੱਲ ਧਿਆਨ ਦੇਵੇ ਫਿਰ ਬਾਅਦ ਸੂਬੇ ਵੱਲ ਧਿਆਨ ਦੇਵੇ, ਇਹੀ ਕਹਿਣਾ ਚਾਹੁੰਦਾ? ਹਾਂ ਆਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ, ਆਹ ਬੋਰਡ ਲਾ ਕੇ ਹਿਮਾਚਲ ਦੇ ਵਿੱਚ ਬੋਰਡ ਲੱਗੇ ਹੋਏ ਆ ਵੀ ਪੰਜਾਬੀਆਂ ਨੂੰ ਬਿਜਲੀ ਮਾਫ਼ ਕਰਤੀ ਆ, ਪੰਜਾਬੀਆਂ ਨੂੰ 30,000 ਨੌਕਰੀਆਂ ਦੇਤੀਆਂ ਨੇ ਪਰ ਮਿਲਿਆ ਕੁਛ ਵੀ ਹੈ ਨਹੀਂ, ਕਿਰਾਂ ਆਹ ਤਾਂ ਜੀ ਅਸੀਂ ਆਹੀ ਬੇਨਤੀ ਕਰਨ ਆਏ ਹਾਂ ਵੀ ਸਾਡੇ ਨਾਲ ਡਰਾਮੇ ਨਾ ਕਰੋ, ਜੋ ਵੀ ਦੇਣੇ ਸਹੂਲਤ ਇਨਸਾਨੀਅਤ ਦੇ ਨਾਤੇ ਦਊਗਾ।
हालांकि तुम चलो प्रदर्शन कर रहे हो, हालांकि जी नवी बनी आम आदमी पार्टी आ मान सरकार है वो तो कह रही है कहती सूँ थोड़ा टाइम दो, सू सारे वादे याद आ, सारी गरंटियां याद है। असं टाइम दे रहे हैं जी, कि टाइम लै लो, 6 महीने का लै लो, साल का लै लो, पर सू जात पात चलना बंडो। सूँ तो यही नहीं पता लगता एससी कौन है, बीसी कौन, असं भाई भाई हाँ। अच्छ तक कहने हरेक बंदा उच्चे मुकाम से पहुंचेगा। अच्छ तो टाइम देने तैयार हाँ, पर सरकार साढ़े ना उ जात पात का पता खेल दिया ने। होर भी कुछ मंगा लेके आए हो तुम डीसी दफ्तर के अगे, डीसी दफ्तर तुम पहुंचे, होर भी कोई मंग आ बिजली लैके जो होर एससी बीसी के रिलेटड कोई होर गलबात हो? अच्छा आही गल कह रहे हैं बाबा करा भी सिक्ख्या काबिलियत के अनुसार मिलनी चाहिए आ, तो जी सहूलत हैगी अमीरी गरीबी देख के दौ करा तुम करा। बाकी जो तो मैं एम पी के कागज भरे थे, मेरी 25,000 फीस सी, मैं गरीब बंदा सीगा, मैं 25,000 भरया, एक करोड़पति आया वो 12,500 भर के चलया गया, कहिंदे ये एससी बीसी आ। मतलब फर्क तो रखा जाता, मतलब हाँ फर्क रखा जाता वा। अच्छ तो आही गल कहने जो तुम फर्क रखना वा, सारी कैटागरी के सूबे बखरे बखरे बना दूर, तो आह भी देखो भी जनरल कैटागरी का बंदा टैक्स किन्ना दिंदा वा, एससी का किन्ना दिंदा, बीसी का किन्ना दिंदा वा, तुम सानू लड़ाओ ना। कई बंदे इतने कमेंट भी करनगे कि गलत भी आप जाता पातों को प्रमोट करते हैं, असं उन्होंने भी बेनती करना चाहते हैं, आ मेरे नाल खड़े ने एससी बीसी खड़े ने, करा तो साढ़े भरा ने, साढ़े असं कट्ठे रोटी खाने, असं साढ़े बच्चे कोई फर्क नहीं है। ਤੁਸੀਂ ਹੁਣ ਡੰਗਰਾਂ ਦੀ ਗੱਲ ਕੀਤੀ ਆ, ਜਿਹੜੀ ਸਿਰੰਜ ਤੁਸੀਂ ਕਹਿੰਦੇ ਹੋ, ਸਿਰੰਜ ਦੀ ਗੱਲ ਕਰ ਰਹੇ, ਤੁਸੀਂ ਕਹਿੰਦੇ ਖੂਨ ਕੱਢਦੇ, ਤੁਸੀਂ ਤਾਂ ਨਹੀਂ ਕਿਸੇ ਦਾ ਕੱਢਦਾ ਕਿਤੇ ਆ ਕੇ? ਨਹੀਂ ਹੁਣ ਅਸੀਂ ਵੀ ਸਰਕਾਰਾਂ ਦਾ ਕੱਢਾਂਗੇ ਕਿਰਾ, ਜੇ ਸਰਕਾਰਾਂ ਸਾਡਾ ਲੋਕਾਂ ਦਾ ਖੂਨ ਕੱਢਣਗੀਆਂ, ਆ ਸਿਰੰਜ ਲੈ ਕੇ ਆ ਮੈਂ ਭਗਵੰਤ ਮਾਨ ਦਾ ਕੱਢੂੰਗਾ ਕਿਰਾ ਖੂਨ ਕਰਾ, ਆ ਵੀ ਖੂਨ ਵੇਹਦੇ ਕਹਿੰਦੇ ਤਾਂ ਖੂਨ ਕੱਢਣਾ ਹੀ ਕੱਢਣਾ ਮੈਂ ਇਹਦਾ। ਹਾਂ ਪਤਾ ਫਿਰ ਵੀ ਨਹੀਂ ਲੱਗਣਾ ਕਿਹੜਾ ਬੀਸੀ ਆ ਕਿਹੜਾ ਐੱਸ ਸੀ ਆ ਕਿਹੜਾ ਦੂਜਾ? ਪਤਾ ਲੱਗਦਾ ਨਹੀਂ, ਮੈਂ ਲੈਬੋਰਟਰੀ 'ਚ ਵੀ ਲੈ ਗਿਆ, ਪਤਾ ਲੱਗਦਾ ਨਹੀਂ, ਫਿਰ ਇਹਦਾ ਨਹੀਂ ਪਤਾ ਲੱਗਦਾ ਵੀ ਕਿਹੜਾ ਖੂਨ ਆ ਕਿਹੜਾ ਨਹੀਂ ਆ, ਆ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਵਾ ਵੀ ਐੱਸ ਸੀ ਕਿਹੜਾ ਬੀਸੀ ਕਿਹੜਾ ਵਾ, ਅਤੇ ਸਾਨੂੰ ਨਹੀਂ ਪਤਾ ਲੱਗਦਾ ਵੀ। ਸੋ ਟੀਟੂ ਬਾਣੀਆ ਲਗਾਤਾਰ ਪ੍ਰਦਰਸ਼ਨ ਕਰਦੇ ਨੇ ਇੱਥੇ ਡੀ ਸੀ ਦਫ਼ਤਰ ਦੇ ਬਾਹਰ ਪਹੁੰਚੇ ਨੇ, ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾਉਂਦੇ, ਸਿਰਿੰਜ ਲੈ ਕੇ ਪਹੁੰਚੇ ਨੇ ਇੱਥੇ, ਡੰਗਰਾਂ ਦੀ ਸਿਰਿੰਜ ਹੱਥ 'ਚ ਫੜੀ ਹੋਈ ਹੈ, ਤਸਵੀਰਾਂ ਤੁਸੀਂ ਦੇਖ ਸਕਦੇ, ਨਾਲ ਖੂਨ ਦੀ ਸ਼ੀਸ਼ਿਆਂ ਨੇ। ਡੀ ਸੀ ਦਫ਼ਤਰ ਦੇ ਬਾਹਰ ਪਹੁੰਚੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਹਾਲਾਂਕਿ ਵੱਖ ਵੱਖ ਸਰਕਾਰਾਂ ਵੀ, ਆਮ ਆਦਮੀ ਪਾਰਟੀ ਨਵੀਂ ਬਣੀ ਸਰਕਾਰ ਆ, ਬਿਜਲੀ ਨੂੰ ਲੈ ਕੇ ਉਹ ਵੀ ਘੇਰਦੀਆਂ ਨੇ, ਅਤੇ ਨਾਲ ਟਿੱਟੂ ਬਾਣੇ ਵੀ ਆਪਣੇ ਵੱਖਰੇ ਅੰਦਾਜ਼ ਨਾਲ ਹੀ ਸਰਕਾਰ ਨੂੰ ਘੇਰ ਰਹੇ ਨੇ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ। ਅੱਜ ਮੈਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਲੱਗਿਆ ਵਾਂ ਵੀ ਜਨਰਲ ਕੈਟਾਗਰੀ ਨਾਲ ਹਮੇਸ਼ਾ ਧੱਕਾ ਹੁੰਦਾ ਵਾ, ਦੋ ਨਮੂਨੇ ਖੂਨ ਦੇ ਲੈ ਕੇ ਆਇਆ ਵਾਂ, ਅਤੇ ਡੀ ਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਮੈਨੂੰ ਦੱਸ ਦਿਓ, ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਕਿਹੜਾ ਕੈਟਾਗਰੀ ਦਾ ਖੂਨ ਆ, ਜਨਰਲ ਕੈਟਾਗਰੀ ਦਾ ਕਿਹੜਾ ਵਾ, ਐੱਸਸੀ ਦਾ ਕਿਹੜਾ ਵਾ, ਬੀਸੀ ਦਾ ਕਿਹੜਾ ਵਾ, ਆਹ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਦੇ ਆ। ਉਹ ਗੱਲ ਉਹਨਾਂ ਦੀ ਸਹੀ ਆ ਵੀ ਨੌਜਵਾਨ ਆਈਲੈਟਸ ਨੂੰ ਡਿਗਰੀ ਮੰਨਣ ਲੱਗ ਗਏ ਆ, ਇਹਦਾ ਆਹੀ ਕਾਰਨ ਆ ਵੀ ਸਾਨੂੰ ਕਾਬਲੀਅਤ ਦੇ ਅਨੁਸਾਰ ਸਿੱਖਿਆ ਨਹੀਂ ਮਿਲਦੀ, ਕਿਰਾ ਸਾਨੂੰ ਗਰੀਬੀ ਅਮੀਰੀ ਦੇ ਦੇਖ ਕੇ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ, ਕਿਰਾ ਜਦੋਂ ਟੈਕਸ ਭਰਨਾ ਹੁੰਦਾ ਵਾ ਵੱਡੇ ਭਰ ਭਰ ਕੇ ਸਿੰਜਾ ਸਾਡੇ 'ਚੋਂ ਕੱਢੀ ਜਾਂਦੀਆਂ ਨੇ, ਪਰ ਜਦੋਂ ਸਹੂਲਤਾਂ ਦੀ ਵਾਰੀ ਆਉਂਦੀ ਆ ਤਾਂ ਸਾਨੂੰ ਜਾਤ ਪਾਤ ਵਿੱਚ ਵੰਡਿਆ ਜਾਂਦਾ ਵਾ, ਕਿਰਾ ਮਤਲਬ ਫਰਕ ਤਾਂ ਰੱਖਿਆ ਜਾਂਦਾ, ਮਤਲਬ ਹਾਂ ਫਰਕ ਰੱਖਿਆ ਜਾਂਦਾ ਵਾ। ਅਸੀਂ ਤਾਂ ਆਹੀ ਗੱਲ ਕਹਿੰਦੇ ਹਾਂ ਜੇ ਤੁਸੀਂ ਫਰਕ ਰੱਖਣਾ ਵਾ ਸਾਰੇ ਕੈਟਾਗਰੀ ਦੇ ਸੂਬੇ ਵੱਖਰੇ ਵੱਖਰੇ ਬਣਾ ਦਿਓ, ਕਿਰਾ ਤੁਸੀਂ ਤਾਂ ਕਿਸੇ ਦਾ ਕੱਢਦਾ ਕਿਤੇ ਆ ਕੇ? ਨਹੀਂ ਹੁਣ ਅਸੀਂ ਵੀ ਸਰਕਾਰਾਂ ਦਾ ਕੱਢਾਂਗੇ, ਕਿਰਾ ਜੇ ਸਰਕਾਰਾਂ ਸਾਡਾ ਲੋਕਾਂ ਦਾ ਖੂਨ ਕੱਢਣਗੀਆਂ, ਆਸਰੰਜ ਲੈ ਕੇ ਆ ਮੈਂ ਭਗਵੰਤ ਮਾਨ ਦਾ ਕੱਢੂੰਗਾ, ਕਿਰਾ।